ਆਸਟ੍ਰੇਲੀਆ ਦੀ ਗੱਲ ਕਰਾਂਗੇ ਫੈਬਿਨ ਟੇਕ ਨੂੰ ਲੈ ਕੇ ਜਿੰਨੇ ਵੀ ਸਵਾਲ ਨੇ ਸਵਾਲ ਸਾਡੇ ਕੋਲ ਤੁਹਾਡੇ ਪਹੁੰਚਦੇ ਰਹਿੰਦੇ ਨੇ ਇਸ ਲਈ ਵੀਡੀਓ ਲੈ ਕੇ ਆਇਆ ਸਟੂਡੈਂਟਸ ਨੂੰ ਅਸੀਂ ਟਾਈਮਲੀ ਜੋ ਹੈ ਅਵੇਅਰ ਕਰਦੇ ਰਹਿੰਦੇ ਹਾਂ ਕਿ ਕਮਿੰਗ ਇਨਟੇਕ ਲਈ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਖਾਸ ਤੌਰ 'ਤੇ ਜਦ ਆਸਟ੍ਰੇਲੀਆ ਦੀ ਗੱਲ ਆ ਰਹੀ ਹੈ ਜੀ ਟੀ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਬਣੇ ਹੋਏ ਨੇ ਸੋ ਕੋਸ਼ਿਸ਼ ਕਰਾਂਗੇ ਫੈਬਿਨ ਟੇਕ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਤੁਹਾਨੂੰ ਅੱਜ ਗਾਈਡ ਕਰ ਸਕੀਏ ਸੋ ਬਹੁਤ ਖਾਸ ਗੱਲਾਂ ਅੱਜ ਤੁਹਾਨੂੰ ਸਮਝਾਉਣ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੋ ਮੈਮ ਦਾ 26-27 ਸਾਲਾਂ ਦਾ ਐਕਸਪੀਰੀਅੰਸ ਹੈ ਮੈਂ ਹਰ ਵਾਰੀ ਇਹ ਗੱਲ ਸਟਾਰਟਿੰਗ ਵਿੱਚ ਤਾਂ ਹੀ ਕਹਿੰਦੀ ਹਾਂ ਤਾਂ ਕਿ ਸਟੂਡੈਂਟ ਸਮਝ ਸਕਣ ਕਿ ਕਿੰਨੀਆਂ ਤਰ੍ਹਾਂ ਦੀ ਪ੍ਰੋਫਾਈਲਸ ਜੋ ਹੈ ਮੈਮ ਦੇ ਹੱਥੋਂ ਲੰਘ ਚੁੱਕੀਆਂ ਨੇ ਕਿੰਨੇ ਹੀ ਤਰ੍ਹਾਂ ਦੇ ਅਲੱਗ ਅਲੱਗ ਪ੍ਰੋਫਾਈਲ ਵਾਲੇ ਸਟੂਡੈਂਟ ਜੋ ਹੈ ਮੈਮ ਤੋਂ ਸਹੀ ਗਾਈਡੈਂਸ ਦੇ ਨਾਲ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਚੁੱਕੇ ਨੇ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਸਕਦੇ ਹੋ ਜੇਕਰ ਸਹੀ ਸਮੇਂ ਤੇ ਸਹੀ ਗਾਈਡੈਂਸ ਦੇ ਨਾਲ ਸਹੀ ਡਿਸੀਜਨ ਦੇ ਨਾਲ ਤੁਸੀਂ ਅੱਗੇ ਵਧੋਗੇ ਸੋ ਕਿਸ ਤਰ੍ਹਾਂ ਦੀ ਤੁਹਾਡੀ ਕੁਐਰੀਜ਼ ਨੇ ਮੈਮ ਵੀ ਜਾਣਦੇ ਨੇ ਕਿ ਆਸਟ੍ਰੇਲੀਆ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਰਹਿੰਦੇ ਨੇ ਸੋ ਮੈਮ ਆਪਾਂ ਜਦ ਫੈਬਿਨ ਟੇਕ ਦੀ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਇਹ ਜ਼ਰੂਰ ਦੱਸੋ ਕਿੰਨੀ ਕੁ ਤੇਜ਼ੀ ਦੇ ਨਾਲ ਫਾਈਲਸ ਇੱਥੇ ਲੱਗ ਰਹੀਆਂ ਨੇ ਔਰ ਜੀ ਟੀ ਡਿਲੇ ਨੂੰ ਲੈ ਕੇ ਜਿਹੜਾ ਸਟੂਡੈਂਟਸ ਦਾ ਸਵਾਲ ਬਣਿਆ ਹੀ ਰਹਿੰਦਾ ਅਕਸਰ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਫੇਸ ਕਰਨਾ ਪੈ ਰਿਹਾ ਡਿਲੇ ਫੈਬਿਨ ਟੇਕ ਜਦੋਂ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦੇ ਪ੍ਰੋਸੈਸ ਆਪਾਂ ਉਮੀਦ ਕਰ ਸਕਦੇ ਹਾਂ ਦੇਖੋ ਜਿਹੜਾ ਇਹ ਹੈ ਕਿ ਫੈਬਿਨ ਟੇਕ ਨੂੰ ਲੈ ਕੇ ਜੀ ਟੀ ਨੂੰ ਲੈ ਕੇ ਇਹ ਤਾਂ ਆਸਟ੍ਰੇਲੀਆ ਦਾ ਇੱਕ ਸਟਰਗਲ ਹੈ ਹੀ ਹੈ ਕਿਉਂਕਿ ਉੱਥੇ ਯੂਨੀਵਰਸਿਟੀ ਨੰਬਰ ਬਹੁਤ ਘੱਟ ਹੈ ਜੀ ਹੈ ਨਾ ਕੋਈ 40 ਕੁ ਯੂਨੀਵਰਸਿਟੀਜ਼ ਹੈ ਜਿਹਦੇ ਵਿੱਚ ਕਿ ਸਟੂਡੈਂਟ ਦੇ ਕੁਛ ਯੂਨੀਵਰਸਿਟੀਆਂ ਮਤਲਬ ਹਰ ਜਗ੍ਹਾ ਬਿਖਰੀ ਹੋਈ ਹੈ 500 ਯੂਨੀਵਰਸਿਟੀਆਂ ਤੁਹਾਡੀ ਮੈਲਬਰਨ 'ਚ ਆ ਜਾਣਗੀ ਦੋ ਚਾਰ ਚਾਰ ਹੋਰ ਬਾਕੀ ਜਗ੍ਹਾ ਆ ਜਾਣਗੇ ਇੰਨੇ ਜ਼ਿਆਦਾ ਯੂਨੀਵਰਸਿਟੀਜ਼ ਨਹੀਂ ਹੈ ਔਰ ਯੂਨੀਵਰਸਿਟੀ ਦਾ ਜੇ ਥੋੜ੍ਹਾ ਜਿਹਾ ਰਿਜੈਕਸ਼ਨ ਵੱਧ ਜਾਂਦਾ ਤਾਂ ਉਹ ਕਾਫੀ ਸਟ੍ਰਿਕਟ ਹੋ ਜਾਂਦੀਆਂ ਅਤੇ ਇਹ ਥੋੜ੍ਹਾ ਜੀ ਟੀ ਦਾ ਕੰਸਰਨ ਰਹਿੰਦਾ ਜਿਹੜੀ ਯੂਨੀਵਰਸਿਟੀ ਥੋੜ੍ਹੀ ਜਿਹੀ ਵੀ ਲੀਨੀਅੰਟ ਹੈ ਤੁਸੀਂ ਕਿਸੇ ਵੀ ਕੰਸਲਟੈਂਟ ਨਾਲ ਇਹ ਮੈਂ ਤੁਹਾਡੇ ਹਿੰਦੀ ਸਪੀਕਿੰਗ ਬੱਚਿਆਂ ਵਾਸਤੇ ਹਿੰਦੀ 'ਚ ਵੀ ਮੈਂ ਯੂਜ਼ ਕਰੂੰਗੀ ਜੀ ਕਿ ਜੋ ਵੀ ਬੱਚਾ ਜਿਹੜਾ ਜਾ ਰਿਹਾ ਹੈ ਉਹ ਬਿਲਕੁਲ ਵੀ ਇਹ ਐਡਮਿੰਟ ਨਾ ਹੋਏ ਕਿ ਮੈਂ ਇੱਕੋ ਹੀ ਜਗ੍ਹਾ ਇਸੇ ਜਗ੍ਹਾ ਜਾਣਾ ਤੁਸੀਂ ਨਾ ਆਪਣੇ ਕੰਸਲਟੈਂਟ ਨੂੰ ਮੀਨਸ ਸਾਡੇ ਕੋਲ ਵੀ ਕਰ ਰਹੇ ਹੋ ਅਤੇ 3-4 ਯੂਨੀਵਰਸਿਟੀਆਂ 'ਚ ਅਸੀਂ ਕਰਦੇ ਹਾਂ ਇੱਕ ਦੋ ਯੂਨੀਵਰਸਿਟੀਆਂ ਆਪਣੀ ਚੋਇਸ ਦੀ ਦੇ ਕੇ ਇੱਕ ਦੋ ਉਹਨਾਂ ਦੇ ਹੱਥ 'ਚ ਛੋੜ ਦਿਉ ਦੈਨ ਯੂ ਵਿਲ ਬੀ ਸਕਸੈਸਫੁਲ ਜ ਅਗਰ ਆਪ ਉਨਕੇ ਹੱਥ ਮੇਂ ਛੋੜ ਦੇਤੇ ਹੈ ਦੋ ਯੂਨੀਵਰਸਿਟੀਆਂ ਆਪ ਆਪਣੀ ਦੀਜੀਏ ਇੱਕ ਦੋ ਯੂਨੀਵਰਸਿਟੀਆਂ ਉਨਕੋ ਆਪ ਕਰਨੇ ਦੀਜੀਏ ਤੋ ਆਪਕੀ ਸ਼ਾਇਦ ਚੋਇਸ ਵੀ ਜ਼ਿਆਦਾ ਬੈਟਰ ਹੋਏਗੀ ਔਰ ਆਪਕੇ ਜੀ ਟੀ ਸੇ ਨਿਕਲਨੇ ਕੇ ਚਾਂਸਿਸ ਵੀ ਅੱਛੇ ਹੋਣਗੇ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਫੈਬ ਦੇ ਵਾਸਤੇ ਫੈਬ ਦੇ ਵਾਸਤੇ ਤਾਂ ਆਪਾਂ ਲਾਸਟ ਟਾਈਮ 'ਤੇ ਬੈਠੇ ਹਾਂ ਬਿਲਕੁਲ ਆਪਣੇ ਕੋਲ ਟਾਈਮ ਨਹੀਂ ਹੈ ਕਿਉਂਕਿ ਇਹਦੇ ਵਿੱਚ ਜੀ ਟੀ ਵੀ ਕੱਢਣੀ ਹੈ ਔਰ ਪਿਛਲੇ ਇੱਕ ਮਹੀਨੇ ਤੋਂ ਮੇਰੇ ਖਿਆਲ ਸਟੂਡੈਂਟਸ ਨੂੰ ਆਪਾਂ ਇਹ ਗੱਲ ਸਮਝਾ ਰਹੇ ਹਾਂ ਕਿ ਤੁਸੀਂ ਬਿਲਕੁਲ ਲੇਟ ਨਾ ਕਰੋ ਜਿਨ੍ਹਾਂ ਦਾ 23 ਪਾਸ ਆਊਟ ਪਲੱਸ 2 ਵਾਲਾ ਸਟੂਡੈਂਟ ਆਇਲਡ 6 ਬੈਂਡ ਈਚ ਮਿਨੀਮਮ ਔਰ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਦਾ 5 ਈਅਰਸ ਤੱਕ ਦਾ ਗੈਪ ਜੋ ਜੋਬ ਕਰ ਰਹੇ ਹੈ ਸੈਲਰੀ ਅਕਾਊਂਟ 'ਚ ਆ ਰਹੀ ਹੈ ਔਰ ਸਾਰੇ ਪਰੂਫ ਹੈ ਉਹਨਾਂ ਦੇ ਕੋਲ ਇਨਕਮ ਟੈਕਸ ਰਿਟਰਨਸ ਔਰ ਤੁਹਾਡੇ ਜਿਹੜੇ ਆ ਫਾਈਨੈਂਸ਼ੀਅਲ ਡਾਕੂਮੈਂਟਸ ਅਗਰ ਕਲੀਅਰ ਹੈ ਤਾਂ ਤੁਸੀਂ ਬਿਲਕੁਲ ਡਿਲੇ ਨਾ ਕਰੋ ਕਿਉਂਕਿ ਸਭ ਤੋਂ ਵੀ ਜ਼ਿਆਦਾ ਵੀਜ਼ਾ ਇਸ ਇਨਟੇਕ ਦਾ ਹੀ ਆਉਂਦਾ ਹੈ ਜੀ ਠੀਕ ਹੈ ਅਤੇ ਮੈਮ ਕਿਤੇ ਨਾ ਕਿਤੇ ਲੱਗਦਾ ਕਿ ਜਿਹੜਾ ਸਾਡਾ ਪੰਜਾਬ ਹਰਿਆਣਾ ਦਾ ਸਟੂਡੈਂਟ ਹੈ ਉਹ ਡਿਸੀਜ਼ਨ ਲੈਣ ਦੇ ਵਿੱਚ ਦੇਰੀ ਕਰ ਦਿੰਦਾ ਕਿਉਂਕਿ ਫਿਰ ਬਾਅਦ ਵਿੱਚ ਦੋਸ਼ ਇਹ ਦਿੱਤਾ ਜਾਂਦਾ ਕਿ ਆਸਟ੍ਰੇਲੀਆ ਤੋਂ ਜੋ ਹੈ ਰਿਫਿਊਜ਼ਲ ਬਹੁਤ ਜ਼ਿਆਦਾ ਆਉਂਦਾ ਅਤੇ ਕਿਤੇ ਨਾ ਕਿਤੇ ਲੇਟ ਫਾਈਲ ਅਪਲਾਈ ਕਰਨਾ ਅਤੇ ਫਿਰ ਪੂਰਾ ਪ੍ਰੋਸੈਸ ਟਾਈਮਲੀ ਕੰਪਲੀਟ ਨਾ ਹੋ ਪਾਉਣਾ ਵੀ ਇੱਕ ਵੱਡਾ ਰੀਜ਼ਨ ਬਣ ਜਾਂਦਾ ਸਟੂਡੈਂਟਸ ਦੀ ਨਮੋਸ਼ੀ ਦਾ ਬਿਲਕੁਲ ਜੀ ਜੇ ਬੱਚਾ ਇਹ ਸੋਚ ਰਿਹਾ ਕਿ ਮੇਰੇ ਕੋਲ ਹਜੇ ਟਾਈਮ ਹੈ 2 ਮਹੀਨੇ ਪਹਿਲੇ ਤਾਂ 2 ਮਹੀਨੇ ਪਹਿਲੇ ਤਾਂ ਜੀ ਟੀ ਵੀ ਕਲੀਅਰ ਨਹੀਂ ਹੋਣੀ ਹੈ ਜੀ ਫਿਰ ਅੰਬੈਸੀ ਨੂੰ 2 ਮੰਥਸ ਐਟਲੀਸਟ ਚਾਹੀਦੇ ਹੀ ਚਾਹੀਦੇ ਆ ਅਤੇ ਜੈਨ ਫੈਬ ਜਿਹੜਾ ਇਨਟੇਕ ਹੈ ਫੈਬ ਕਿਹਾ ਜਾਂਦਾ ਕੁਛ ਯੂਨੀਵਰਸਿਟੀਆਂ 'ਚ ਜੈਨ ਲਾਸਟ 'ਚ ਹੁੰਦਾ ਕੁਛ ਯੂਨੀਵਰਸਿਟੀਆਂ 'ਚ ਫੈਬ ਸਟਾਰਟਿੰਗ ਦੇ ਵਿੱਚ ਹੁੰਦਾ ਅਤੇ ਫੈਬ ਇਨਟੇਕ ਅਪ ਚਲੋ ਆਪਾਂ ਮੰਨ ਕੇ ਚੱਲਦੇ ਹਾਂ ਉਹਦੇ ਵਾਸਤੇ ਤੁਹਾਡੇ ਕੋਲ ਕਿਉਂਕਿ ਡਿਸੰਬਰ ਦੇ 15 ਜਾਂ 20 ਦਿਨ ਇੱਦਾਂ ਦੇ ਆਉਂਦੇ ਆ ਕਿ ਜਦ ਕਿ ਛੁੱਟੀਆਂ ਬਹੁਤ ਜ਼ਿਆਦਾ ਆਉਂਦੀਆਂ ਨਿਊ ਈਅਰ ਕ੍ਰਿਸਮਿਸ ਦੀਆਂ ਔਰ ਨਿਊ ਈਅਰ ਦੇ ਬਾਅਦ ਵੀ 8-10 ਤਰੀਕ ਦੇ ਬਾਅਦ ਹੀ ਜਿਹੜਾ ਜਨਵਰੀ ਦੇ ਬਾਅਦ ਹੀ ਇੱਕ ਜਿਹੜਾ ਟਾਈਮ ਪ੍ਰੋਪਰ ਆਉਂਦਾ ਜਦ ਵੀਜ਼ਾ ਡਿਸੀਜ਼ਨਸ ਆਉਣੇ ਸ਼ੁਰੂ ਹੁੰਦੇ ਆ ਤਾਂ ਬੈਟਰ ਹੈ ਇਸੇ ਟਾਈਮ ਜਿੰਨੀ ਜਲਦੀ ਹੋਏ ਤੁਸੀਂ ਆਪਣਾ ਕੇਸ ਕੱਢ ਸਕਦੇ ਹੋ ਇੱਕ ਹੋਰ ਮੈਂ ਤੁਹਾਨੂੰ ਅਪਡੇਟ ਦਊਂਗੀ ਸਾਡੇ ਕੋਲ ਇੱਕ ਕਾਲਜ ਦੀ ਜਿਹੜੀ ਨਰਸਿੰਗ ਦੀ ਸੀਟਾਂ ਕੱਲ੍ਹ ਹੀ ਆਈਆਂ 100 ਤੋਂ ਉੱਪਰ ਹੈ ਓਕੇ 7 ਬੈਂਡ ਈਚ ਪਲੱਸ 2 ਮੈਡੀਕਲ 70% ਮਿਨੀਮਮ CBSE ਪਾਸ ਆਊਟ
ਉਹ ਵਾਲੇ ਬੱਚੇ ਸਾਨੂੰ ਚਾਹੀਦੇ ਆ ਜਿਨ੍ਹਾਂ ਵੀ ਜਿਹੜੇ ਵੀ ਬੱਚੇ ਸੁਣ ਰਹੇ ਆ ਤੁਸੀਂ ਆਇਲਸ ਜਾਂ ਪੀਟੀ ਬਾਅਦ ਚ ਕਰ ਸਕਦੇ ਹੋ ਜਦ ਤੱਕ ਤੁਸੀਂ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹੋ ਜਿਸ ਤੋਂ ਕਿ ਤੁਹਾਨੂੰ ਕਿਉਂਕਿ ਨਰਸਿੰਗ ਦੀ ਸੀਟਾਂ ਵਾਸਤੇ ਸਭ ਤੋਂ ਜ਼ਿਆਦਾ ਸਟਰਗਲ ਹੋ ਜਾਂਦਾ ਔਰ ਕਈ ਵਾਰੀ ਸਟੂਡੈਂਟ ਨਾਰਾਜ਼ ਵੀ ਹੋ ਜਾਂਦੇ ਤਾਂ ਇਹ ਮੇਰੇ ਕੋਲ ਹਜੇ ਅਪਡੇਟ ਆਇਆ ਅਤੇ ਤੁਸੀਂ ਜਿਹੜੇ ਵੀ ਸਟੂਡੈਂਟਸ ਮੈਡੀਕਲ ਵਾਲੇ ਸਟੂਡੈਂਟਸ ਹੈ ਉਹਨਾਂ ਦੇ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਹੈ ਫੈਬ ਇਨਟੇਕ ਵਾਸਤੇ जी जी बिल्कुल। सो देखो स्टूडेंट्स ले असी ये वीडियोस लेके आने इसे करके ताकि तुसी टाइमली हर चीज़ को समझ सको ते टाइमली सही डिसीजन ले सको। सो फेब इनटेक लिए अगर अप्लाई करना चाहते हो तो यही राइट टाइम है। अगर हुण भी देरी कर देने हो तो बहुत ही घट समा रह जाता तो उत्थे फिर किते ना किते गलती की गुंजाइश बढ़ जाती है। सो टाइमली सही प्रोसैस दे नाल अगे वधोगे तां ही जो है पॉजिटिव रिजल्ट्स आप उम्मीद कर सकते हैं। सो मैम इत्थे किस तरह की आप क्योंकि देख रहे 22 पास आउट वाले लिए हूँ इन्नी ऑप्शन बिल्कुल नहीं नज़र आ रही ने पर 23 पास आउट वाले की ही आप गल कर लीए फैब इनटेक 2024 की आप गल कर रहे हैं किनिया चंगी ऑप्शन मिलती हैं अगर टाइमली क्योंकि इतने बहुत जरूरी लफ्ज़ आता टाइमली क्योंकि स्टूडेंट सोचता कि इन्नी अच्छी ऑप्शन है असं थोड़ा रुक के भी अपलाई कर सकते हैं पर टाइम के नाल किनिया को ऑप्शन हले ने जो कि बाद हौली हौली समा बीतने मुकदिया नज़र आनगियाँ। बिल्कुल जी जब हजे नहीं किया तो फिर इन्होंने वास्ते मुश्किल है। ये देखा गया जब बिल्कुल लास्ट मोमेंट से फाइल जाते हैं वीज़ा रिजेक्शन भी बढ़ जाता है जी क्योंकि वीज़ा ऑफिसर वास्ते अपन ज़्यादा टाइम नहीं छोड़िया डिसीजन लैन वास्ते तो 23 पास आउट वाले वास्ते जुलाई लास्ट इनटेक होएगा। जे जैन विच बाई चांस तुसी ऑफर लैटर मंगवा के रखो जीटी क्लीयर कराओ फाइल लगा दो और बाई चांस किसी वजह नाल जीटी नहीं होंगी तो तुहाडे कोल हजे जुलाई की अपरचुनिटी है पर कोशिश करो जैन वास्ते फैब वास्ते इमीडिएट जड़ी है फाइल अप्लाई कर लो। जिन्ना लेट करोगे या जो स्टूडेंट्स पंजाब से बाहर देख रहे हैं मेरी उनसे यही रिक्वेस्ट है कि आप जितना लेट करोगे ये आपके फाइल रिजेक्शन वीज़ा रिजेक्शन की तरफ ही आपका बढ़ता है तो आप जल्दी से जल्दी जो है जितनी जल्दी है आप अपना डिसीज़न लेके अप्लाई कर लीजिए। हाँ आपको जो सबसे ज़्यादा प्रॉब्लम आ रही है फंडिंग की आ रही है तो बैंक लोन के में हम पूरी आपकी हेल्प करते हैं। हम बैंक ऑफिसर्स के आपको फ़ोन नंबर देते हैं जिनसे आप खुद कांटेक्ट कर सकते हैं उन बैंक में जा सकते हैं उनके कोई अगर फॉर्म भरने में कहीं दिक्कत है वो हमारा स्टाफ आपकी हेल्प कर देता है। जी बिल्कुल। सो टाइमली सही गाइडेंस दी भी अगर तुसी सोच रहे हो कि मैम नू मिलना है उसे लिए तो जरूर अपने डॉक्यूमेंट्स लैके तुसी नेविगेटर्स ओवरसीज ऑफिस जरूर विजिट कर सकते हो ताकि असैसमेंट करवा के तुसी सही समय से सही डिसीजन लै सको। नंबर भी लगातार डिस्प्ले है नेविगेटर्स ओवरसीज है इस उपर कॉल करके भी तुसी होर जानकारी जरूर लै सकते हो। सो बहुत बहुत थैंक्स मैम ऑस्ट्रेलिया नू लैके खास गल्लां तुसी इस वीडियो के जरिए स्टूडेंट्स नू समझाइया ने अगों भी असीं स्टूडेंट्स लिए इसे तरह होर इनफॉर्मेटिव वीडियोज़ लैके आते रहेंगे। अज लई सानू दिओ जी इजाजत। Thank you so much. Thank you.